ਡਿਸਕਸ਼ਨ ਸਾਡੇ ਇਹ ਚੱਲਦੀ ਪਈ ਆ ਕਿ ਆਪਾਂ ਕੱਲ ਨੂੰ ਜਾਣਾ ਵਾ ਖਾਸ ਜਿਹੇ ਫੰਕਸ਼ਨ ਤੇ। ਅਸੀਂ ਇਥੋਂ ਪਹਿਲਾਂ ਸ਼ਾਇਦ ਦੀ ਹੁਣਾਂ ਕੋਲ ਚੱਲ ਜਾਈਏ ਕਿਉਂਕਿ ਧੁੰਦ ਬਹੁਤ ਪੈਂਦੀ ਪਈ ਆ। ਉਹਨਾਂ ਨੇ ਬੜੇ ਪਿਆਰ ਨਾਲ ਇਨਵਾਈਟ ਵੀ ਕੀਤਾ, ਜਾਣਾ ਵੀ ਬਣਦਾ ਹੈ। ਆਣਾ ਜਿਹੜਾ ਉਹ 27 ਤਰੀਕ ਨੂੰ ਰਿਲੀਜ਼ ਹੋਏਗਾ ਆਪਣਾ। ਮੈਂ ਲੈ ਕੇ ਆਈ ਆ 2 ਡਰੈਸ। ਹਾਂ ਜੀ, ਵੀ ਕਨਫਿਊਜ਼ ਆ ਕਿ ਪਤਾ ਨਹੀਂ ਮੈਂ ਆ ਪਾਵਾਂ ਜਾਂ ਆ ਪਾਵਾਂ। ਥੋੜੇ ਚਿਰ ਪਹਿਲਾਂ ਲੱਗੀ ਕੱਲੀ ਲੱਗੀ ਮੈਂ ਕਰੀ ਜਾਂਦੀ ਨਵਾਂ ਗਲਾ ਮੈਂ ਲਵੈਂਡਰ ਲੱਗਾ ਸ਼ਾਇਦ ਇਹ ਪੋਕੇਮੋਨ ਦਾ ਨਾਮ ਹੁੰਦਾ ਲਵੈਂਡਰ ਨਹੀਂ ਜਾਂ ਫੁੱਲ ਦਾ ਨਾਮ ਹੁੰਦਾ ਲਵੈਂਡਰ ਬਟ ਉਹ ਕਲਰ ਹੀ ਲਵੈਂਡਰ। ਮੈਂ ਇੰਨੀ ਜ਼ਿਆਦਾ ਕਨਫਿਊਜ਼ ਹੋਈ ਸੀਗੀ ਨਾ, ਮੈਂ ਸੋਚਿਆ ਮੈਂ ਕਿ ਚੱਲ ਸਵੇਰੇ ਨਾ ਮੈਂ ਤਿਆਰ ਹੋ ਕੇ ਤੇ ਡਰੈਸ ਪਾ ਕੇ ਦੇਖੂੰਗੀ, ਫਿਰ ਮੇਰੇ ਦਿਮਾਗ 'ਚ ਹੈ ਮੈਂ ਤੇ ਡਰੈਸ ਦੇ ਹਿਸਾਬ ਨਾਲ ਮੇਕਅਪ ਕਰਨਾ, ਫਿਰ ਮੈਂ ਕਨਫਿਊਜ਼ ਹੀ ਹੋ ਗਈ। ਲੱਗੀ ਰਹਿਣਾ ਇੱਥੇ ਮੈਂ ਸ਼ੂਜ਼ ਲੈ ਕੇ ਆਉਣੇ ਪਾਪਾ ਜੀ, ਪਾਪਾ ਆ ਬੈਠੋ ਤੇ ਫਿਰ ਅਜੇ ਲੈਣੀਆਂ ਕਿ ਤੁਸੀਂ ਅਜੇ ਬੂਟ ਲੈਣੇ ਉਹਨਾਂ ਨੂੰ ਕਹਿ ਦੋ ਉਹ ਵੀ ਲੈ ਕੇ ਰੱਖ ਲੈਣਗੇ ਤੁਹਾਡੇ ਲਈ ਜਿਹਨਾਂ ਦੇ ਵਿਆਹ ਜਾਣਾ। ਵਿਆਹ ਨਹੀਂ ਆ ਸੱਚੋ, ਸ਼ਗਨ ਹੈ ਉਹਨਾਂ ਦਾ। ਇੰਗੇਜਮੈਂਟ ਹੈ। ਇੰਗੇਜਮੈਂਟ ਆ? ਸ਼ਗਨ ਤੇ ਇੰਗੇਜਮੈਂਟ ਦਾ ਫਰਕ ਹੁੰਦਾ ਕਿ? ਸ਼ਗਨ ਦਾ ਵਿਆਹ ਤੋਂ ਪਹਿਲਾਂ। ਓ ਅੱਛਾ, ਤਾਂ ਮੈਂ ਵੀ ਪਿਛਲੇ ਦਾ ਟਾਈਟਲ ਫਿਰ ਸ਼ਗਨਾਂ ਦੀ ਕਰਤਾ, ਸ਼ਗਨ ਦੇ ਚਾਂਦ ਦੀ ਰਿੰਗ ਸੈਰੇਮਨੀ ਬੋਲ ਸਕਦੇ ਹੋ। ਟਾਵਲ ਲੈ ਕੇ ਆਏ ਸਾਰੇ, ਕਹਿੰਦੇ ਪਾਪਾ ਤੁਸੀਂ ਟਾਵਲ ਦਾ ਕਲਰ ਕਿੱਦਾਂ ਲਿਆਂਦਾ ਜੇ ਮੈਂ ਨਵੀਂ ਬੋਟੀ ਦਾ ਹੁੰਦਾ, ਤੇ ਪਾਪਾ ਕਹਿੰਦੇ ਤੁਹਾਡੇ ਕਹਿਣ ਦੇ ਨਾਲ ਮੈਂ ਬਟਾਨ ਥੋੜੀ ਚੱਲ ਜਾਣਾ ਹੁਣ। ਮਾਂ ਲਾਡੀ ਦਾ ਬਰਥਡੇ ਆ ਰਿਹਾ ਹੈ, ਦੀਦੀ ਜੀਜੂ ਦੀ ਮੈਰਿਜ ਐਨਿਵਰਸਰੀ ਆ ਰਹੀ ਹੈ, ਦੀਪ ਦਾ ਜਨਮ ਦਿਨ ਹੈ, ਬਹੁਤ ਸਪੈਸ਼ਲ ਹੀ ਮਨਾ ਰਹੀ ਹੈ। ਸਿੰਪਲ ਨਹੀਂ ਆ, ਜਦੋਂ ਹੋਊਗਾ ਉਦੋਂ ਦੇਖਿਓ। ਪਾਪਾ ਦੀ ਤੇ ਮੇਰੀ ਬੜੀ ਪੁਰਾਣੀ ਵਿਸ਼ ਹੈਗੀ ਬਾਰਬੀਕਿਊ ਕਰਨ ਦੀ ਹੈ ਨਾ ਪਾਪਾ। ਪਨੀਰ ਵਿੱਚ ਸ਼ਿਮਲਾ ਮਿਰਚ, ਹਰੀ ਗੋਭੀ ਪਾ ਗਏ। ਹਰੀ ਗੋਭੀ ਨਹੀਂ ਹੁੰਦੀ ਜਿਹੜੀ? ਬਰੋਕਲੀ। ਬਰੋਕਲੀ ਯਾਰ, ਗੋਭੀ ਹੁੰਦੀ ਹੈ ਓਬਵੀਅਸਲੀ, ਬਸ ਹਰੀ ਹੁੰਦੀ ਹੈ ਉਹ। ਨਹੀਂ ਉਹ ਤਾਂ ਪੌਸ਼ਟਿਕ ਤੱਤਵ ਜ਼ਿਆਦਾ ਹੁੰਦੇ ਆ। ਹਾਂ, ਤਾਂ ਹੀ ਆਪਾਂ ਤੁਹਾਡੇ ਬਰਥਡੇ ਤੁਹਾਨੂੰ ਉਹ ਖਵਾਉਣੇ ਭੁੰਨ ਭੁੰਨ ਕੇ। ਬਾਕੀ ਹੋਰ ਵੀ ਬਹੁਤ ਕੁਝ ਹੋ ਸਕਦਾ ਵਾ, ਤੁਸੀਂ ਸਾਰੇ ਜਣੇ ਐਕਸਾਈਟਿਡ ਰਹੋ। ਇੰਨਾ ਇੰਨਾ ਵੀ ਜ਼ਿਆਦਾ ਨਾ ਸੋਚਿਆ ਕਿ ਵਾਕਈ ਬਾਰਬੀਕਿਊ ਹੀ ਲਾਉਣਾ ਉਹਨਾਂ ਨੇ, ਕਿ ਦੇਖਣ ਵਾਲੀ ਗੱਲ ਆ ਨਾ। ਆਉਣਾ ਸਮਝਦੇ ਪਏ ਨਾ, ਹੁਣ ਬੰਦਾ ਥੋੜਾ ਬਹੁਤ ਸਮਝ ਜਾਵੇ। ਦੱਸ ਨਹੀਂ ਨਾ ਦੇਣਾ। ਹੁਣ ਤੱਕ ਅਸੀਂ ਟੋਟਲੀ 15 ਪਲਾਨ ਬਣਾਏ ਜਿਹ ਚ 14 ਚੌਪਟ ਹੋਏ ਆ, ਇੱਕ ਹਜੇ ਥੋੜਾ ਜਿਹਾ ਚੱਲਣ ਡਿਆ ਵਾ। ਮੈਂ ਕਿੰਨ ਦਊਂਗੀ ਵੀ ਜੋ ਇੰਗੇਜਮੈਂਟ ਫੰਕਸ਼ਨ ਤੇ ਜੋ ਕੀ ਹੈ ਸਿਮਰਨ ਤੇ ਇਸ਼ਾਨ ਦੀ, ਸਾਡੇ ਵੱਲੋਂ ਦੋਨਾਂ ਨੂੰ ਬਹੁਤ ਸਾਰੀਆਂ ਦੁਆਵਾਂ। ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਕਿਉਂਕਿ ਸਾਨੂੰ ਬਹੁਤ ਵਧੀਆ ਲੱਗਦਾ ਜਦੋਂ ਆਪਣੀ ਖੁਸ਼ੀ ਦੇ ਵਿੱਚ ਸਾਨੂੰ ਸ਼ਾਮਿਲ ਕਰਦਾ ਹੈ, ਤੇ ਅੱਜ ਆਪਾਂ ਖੂਬ ਸਾਰੀਆਂ ਰੌਣਕਾਂ ਲਾਵਾਂਗੇ ਉੱਥੇ। ਜਿੰਨੀ ਜ਼ਿਆਦਾ ਉਹਨਾਂ ਦੀ ਇੰਗੇਜਮੈਂਟ ਦੀ ਖੁਸ਼ੀ ਹੈ ਓਨੇ ਹੀ ਆਪਾਂ ਲੇਟ ਹੋ ਗਏ ਹਾਂ ਕਿ ਇੰਗੇਜਮੈਂਟ ਦਾ ਟਾਈਮ 5 ਵਜੇ ਹੀ ਤੇ ਇੱਥੋਂ ਡਿਸਟੈਂਸ 3 ਘੰਟੇ ਦਾ ਤੇ ਆਲਰੇਡੀ 5:30 ਹੋ ਚੁੱਕੇ ਆ। ਮੋਸਟਲੀ ਸਭ ਲੇਟ ਹੋ ਜਾਂਦੇ ਥੋੜੇ ਬਹੁਤੇ ਨਾ, ਅੱਜ ਕੱਲ੍ਹ ਦਾ ਸਮਾਂ ਇੱਦਾਂ ਦਾ ਹੈਗਾ ਵਾ। ਹਾਂ, ਅੱਗੇ ਮਾੜਾ ਮੋਟਾ ਤਿਆਰ ਹੋਣਾ ਹੁੰਦਾ ਸੀ ਤੇ ਅੱਗੇ ਪਹੁੰਚ ਜਾਂਦੇ ਸੀ ਲੋਕ, ਬਟ ਹੁਣ ਕੀ ਆ, ਪਹਿਲਾਂ ਤਿਆਰ ਹੋਣ 'ਚ ਟਾਈਮ ਲੱਗਣਾ, ਫਿਰ ਉਸ ਤੋਂ ਬਾਅਦ ਰੀਲ ਬਣਾਉਣ 'ਚ ਜ਼ਿਆਦਾ ਟਾਈਮ ਲੱਗਣਾ। ਤੇ ਮੈਂ ਇਸ ਲੁੱਕ ਦਾ ਮੇਕਅਪ ਟਿਊਟੋਰੀਅਲ ਵੀ ਬਣਾਇਆ ਵਾ, ਤੁਸੀਂ ਮਨਚਨ ਟੀਵੀ ਤੇ ਜਾ ਕੇ ਸਾਰੀਆਂ ਕੁੜੀਆਂ ਦੇਖ ਲਿਓ, ਕਿਉਂਕਿ ਮੋਸਟਲੀ ਤੁਹਾਡੇ ਕਮੈਂਟ ਬਾਅਦ 'ਚੋਂ ਇਹੀ ਆਉਂਦੇ, ਦੀਦੀ ਮੇਕਅਪ ਟਿਊਟੋਰੀਅਲ ਦਿਓ। ਇਸ ਕਰਕੇ ਮੈਂ ਐਡਵਾਂਸ 'ਚ ਮੇਕਅਪ ਟਿਊਟੋਰੀਅਲ ਬਣਾ ਦਿੱਤਾ। ਜਸਟ ਇੱਕ ਅੱਧੇ ਘੰਟੇ ਪਹਿਲਾਂ ਮੈਂ ਆਹ ਚੀਜ਼ ਲੈ ਕੇ ਆਇਆ ਇੱਕ, ਤੇ ਇਹਦੇ ਨਾਲ ਮੈਂ ਸ਼ੂਜ਼ ਲੈ ਕੇ ਆਇਆ ਆਹ ਵਾਲੇ। ਪਾਪਾ ਕਹਿੰਦੇ ਲਈ ਆਓ ਲਈ ਆਓ ਆਹ ਵਾਲੇ ਸ਼ੂਜ਼। ਤੂੰ ਨਹੀਂ ਸ਼ੂਜ਼ ਦੇਖੇ ਅਜੇ ਤੱਕ ਮੇਰੇ? ਨਹੀਂ, ਮੈਂ ਮਾਈਕਾ ਮੈਟੀ ਜੀ ਲੁੱਕ ਕਰਾਂ। ਮੈਂ ਹੀ ਰੱਖੀ ਸੀ ਪਹਿਲਾਂ, ਮੈਨੂੰ ਇਹ ਮੰਨਦੇ ਨਹੀਂ ਪਏ ਆਪਣੇ ਡਰੈਸ ਪਾਉਣ ਨੂੰ। ਮੈਂ ਵੈਲਵਟ ਦੀ ਰੈਡੀ ਕਰਵਾ ਰਹੀ ਸੀ ਪਰ ਉਹਨੂੰ 2-4 ਦਿਨ ਹੋਰ ਲੱਗ ਜਾਣੇ ਕਿਉਂਕਿ ਉੱਤੇ ਕਢਾਈ ਹੋ ਰਹੀ ਆ, ਤੇ ਮੈਂ ਸੋਚਿਆ ਉਹ ਅਗਲੇ ਕਿਸੇ ਫੰਕਸ਼ਨ ਤੇ ਪਾ ਲੂੰਗੀ। ਫਿਰ ਮੈਂ ਆਹ ਵਾਲੀ ਡਰੈਸ ਜਦੋਂ ਲੈ ਕੇ ਆਈ ਨਾ, ਬਸ ਇੱਕ ਸ਼ਰਤ ਤੇ ਮੈਨੂੰ ਇਹ ਡਰੈਸ ਪਾਉਣ ਨੂੰ ਮਿਲੀ ਆ, ਕਹਿੰਦੇ ਨੀਚੇ ਪੂਰਾ ਗਰਮ ਸੂਟ ਪਾਉਣਾ। ਹੁਣ ਮੈਂ ਨੀਚੇ ਗਰਮ ਸੂਟ ਪਾਇਆ ਪਰ ਕੋਈ ਜੱਜ ਨਹੀਂ ਕਰ ਸਕਦਾ। ਸੇਤ ਪਹਿਲਾਂ ਬਈ ਠੰਡ ਆ, ਰਾਤ ਦਾ ਫੰਕਸ਼ਨ, ਠੰਡ ਜ਼ਿਆਦਾ। ਮੰਮਾ ਪਾਪਾ ਕਹਿ ਰਹੇ ਸੀਗੇ, ਲਾਡੀ ਵੀ ਕਹਿ ਰਹੇ ਸੀਗੇ, ਕਹਿੰਦੇ ਕਿ ਟੌਰ ਵੀ ਕੱਢ ਤੇ ਆਪਣੀ ਸਿਹਤ ਦਾ ਧਿਆਨ ਵੀ ਰੱਖ, ਬਿਕਾਜ਼ ਹੁਣ ਤੂੰ ਇੱਕ ਨਹੀਂ ਹੈਗੀ, 2 ਜਣੇ ਆ ਤੇ ਤੈਨੂੰ 2 ਜਣਿਆਂ ਦਾ ਧਿਆਨ ਰੱਖਣਾ ਪੈਣਾ। ਮੈਂ ਹੋ ਗਈ ਆ ਰੈਡੀ ਤੇ ਹੁਣ ਮੈਂ ਲਾਡੀ ਨੂੰ ਲਾਇਆ ਬੜੇ ਖਾਸ ਜੇ ਕੰਮ। ਮੈਂ ਕੱਢਣੀ ਆ ਇਹਦੇ 'ਚ ਮੋਟੀ ਫੁਲਕਾਰੀ ਕਿਉਂਕਿ ਠੰਡ ਬਹੁਤ ਜ਼ਿਆਦਾ ਵਾ, ਤੇ ਮੰਮਾ ਕਹਿੰਦੇ ਕਿ ਫੁਲਕਾਰੀ ਕੇ ਹਾਂ ਵਾਲੀ ਠੀਕ ਇੱਕ ਹੋ ਰਹੀ ਹੈ, ਮੈਂ ਇਹਦੇ ਨਾਲ ਆ ਫੁਲਕਾਰੀ ਲੈ ਲੂੰਗੀ। ਅਸੀਂ ਦੋਨੋਂ ਰੈਡੀ ਆ ਤੇ ਪਲਵਿੰਦਰ ਦੀ ਕਾਲ ਨਹੀਂ ਆਈ, ਬਸ ਜਚਣ ਇਹ ਵੀ ਬੋਰਡ ਆਈ ਆ ਟੱਚਵੁੱਡ। ਹਾਂ ਆਪਾਂ ਨੂੰ ਸਭ ਸੱਜਦਾ ਚੋਰੀ ਨਹੀਂ ਆ। ਅਸੀਂ ਨੈਕਸਟ ਡੇ ਦੇ ਵਾਸਤੇ ਵੀ ਕੱਪੜੇ ਰੱਖ ਲਏ ਆ, ਕਿਉਂ ਉਹ ਵੀ ਤੁਹਾਨੂੰ ਆਪਾਂ ਅਗਲੇ ਵਲੌਗ 'ਚ ਦੱਸਾਂਗੇ। ਬੜੀ ਘੈਂਟ ਜੀ ਗੱਲਬਾਤ ਆ। ਹੇਅਰ ਸਟਾਈਲ ਮੈਂ ਇੱਦਾਂ ਹੀ ਥੋੜੇ ਜਿਹੇ ਮੈਸੀ ਹੇਅਰ ਸਟਾਈਲ ਕਰ ਲਿਆ ਵਾ, ਮੈਸੀ ਜਿਹਾ ਜੂੜਾ ਕਰ ਲਿਆ ਵਾ, ਠੀਕ ਲੱਗ ਰਿਹਾ ਬਿਕਾਜ਼ ਮੈਂ ਜਵੈਲਰੀ ਵਗੈਰਾ ਹੈਵੀ ਪਾਈ ਆ। ਆਪਾਂ ਫਟਾਫਟ ਨਿਕਲੀਏ ਕਿਉਂਕਿ ਆਲਰੇਡੀ ਲੇਟ ਹੋ ਗਏ ਆ। ਕੀ ਕੀ ਕਰ ਕੀ ਰਹੇ ਤੁਸੀਂ? ਛੇਕ ਆਉਂਦੀ ਹੀ ਰਹਿ ਗਈ। ਹੋਏ ਹੋਏ, ਆਪਾਂ ਜਦੋਂ ਸੈਂਟ ਪਾਈਦਾ ਨਾ, ਜਦੋਂ ਸਮੈਲ ਨਾ ਨਾ ਆਏ, ਫਿਰ ਪਤਾ ਕੀ ਕਰ, ਇਦਾਂ ਮਿਲਣਾ ਚਾਹੀਦਾ। ਹਾਂ, ਹੋਰ ਬਾਬਾ ਜੀ ਕੀ ਹਾਲ ਚਾਲ ਆ? ਓਏ ਓਏ, ਬੜੀ ਜ਼ਿਆਦਾ ਵਾ, ਬੜੀ ਜ਼ਿਆਦਾ ਵਾ। ਸੋ ਚਲੋ, ਤੁਸੀਂ ਸੁਣਾ ਠੀਕ ਠਾਕ ਹੋ? ਤੂੰ ਕਿਦਾਂ? ਹਾਂ ਮੈਂ ਠੀਕ ਆ, ਮੈਂ ਠੀਕ ਆ। ਤੇ ਵਿਆਹ ਹੀ ਕਰੇ ਆ, ਮੈਂ ਪਾਣੀ ਦੀ ਜ਼ਿੰਮੇਵਾਰੀ ਮੇਰੀ ਆ। ਜੋ ਹੁੰਦੀ ਹੈ ਮਾਂ ਦੁਨੀਆ ਵਾਲਿਆ, ਐਵੇਂ ਥੋੜੀ ਕਹਿ ਕੇ ਸਿਆਣੇ। ਐਦਾਂ ਕਰ, ਗਲਾਸ ਲੈ ਲਓ ਨਾ। ਗਲਾਸ ਸੱਜਾ ਉਹਨੇ। ਓਕੇ ਪਾਪਾ ਜੀ, ਮਿਲਦੇ ਆ ਜਲਦੀ। ਤੇ ਮੰਮਾ ਨੇ ਤਾਂ ਨਾਲ ਹੀ ਜਾਣਾ ਬਾਹਰ। ਚਲੋ, ਆਲਮੋਸਟ ਬਾਹਰ ਨੇਰਾ ਹੋ ਗਿਆ ਵਾ। ਮੈਨੂੰ ਜਰਾ ਜਿੰਨੀ ਵੀ ਠੰਡ ਨਹੀਂ ਲੱਗਣ ਦੀ, ਸੱਚੀ ਦੱਸਦੀ ਹਾਂ। ਨਹੀਂ ਮਾਂ, ਪਤਾ ਜੀ ਲੈ ਕੇ ਆ ਤਾਂ ਠੰਡ ਤੇ ਮੰਮਾ ਨੇ ਕਹਿਣਾ ਸ਼ਾਲ ਲੈ। ਨਹੀਂ ਨਹੀਂ,
चलो ठीक है अम्मा जी आप जाने तुसी ध्यान रखियो अपना। गड्डी दे विच बैठी ते मैनू पिछों मम्मा ने मेरा पूरा लहंगा फड़ के मैनू अंदर बिठाया। मैं कहा लहंगे पाउणे केड़ा किते सौखे आ ते हुण आपां निकलण लगे आ। मेरी फोन ते भी गल हो गई उहनां नाल ते उह वी हजे बाजार वगैरह या कुछ समान वगैरह खरीदे क्योंकि उहनां ने तां लग गए उहनां ने झट पहुंच जाणा ना। सानू 3.5 घंटे दा सफर आ। इह प्यार ही हुंदा बंदा इक दूजे लई बंदे दा साथ बणिआ रहिंदा है ना। कि पलविंदर नूं रस्ते च चक्कणा वा अज उहने लेट कराया वा। बाय मम्मा। असी लै रहे सीगे बुके ते नाल आपां शगन पा देंगे क्योंकि मम्मा पापा ने भी शगन भेजा सीगा। बट हुण बुके इन्ना नकम्मा मिलन डिया वा। मैं पलविंदर नूं कहा तू रहिण दे। जदों उहने व्लॉग देखना ना उहने कहना कह तां दिंदे मैनूं वी पलविंदर ने लेट कराता भज नट वाला काम सारा मैं करदा। यार उहदे घर दे लाग गए आ ना इस करके। तू की बणिआ वा? की बणिआ? मौसा सोहणा नहीं लगण डिया यार। मैनूं ऐड़ा कहो मैं फिर कपड़े बदल के मैं बैड शेड पावा। गिल्ले ज्यादा नहीं हो गए? गिल्ले नहीं है, स्प्रे हुंदी इहनां दी कोई। अच्छा अच्छा। ਅਸੀਂ ਸ਼ਗਨ ਲਿਆਂਦਾ ਤੇ ਸ਼ਗਨ ਵਾਲਾ ਲਫਾਵਾ ਲਿਆਂਦਾ ਨੀ ਤੇ ਪਲਵਿੰਦਰ ਕੋ ਮੰਗਵਾਇਆ ਲਫਾਵਾ। ਸ਼ਗਨ ਤੇ 1 ਰੁਪਏ ਦਾ ਲੌਜੀਕ ਕੀ ਹੁੰਦਾ ਪਤਾ? ਜਿੱਦਾਂ ਹੁਣ ਆਪਾਂ ਸ਼ਗਨ ਪਾ ਰਹੇ ਆਪਾਂ 2100 ਪਾ ਰਹੇ ਸੋ 2101 ਉਹ ਇਹ ਸ਼ਗਨ ਗਿਣ ਲੈਂਦੇ। ਇੱਦਾਂ ਆਪਾਂ ਇਸ ਵਾਰ ਗਿਫਟ ਨਹੀਂ ਲੈ ਕੇ ਚੱਲੇ ਕਿਉਂਕਿ ਨਾ ਮੋਸਟਲੀ ਗਿਫਟ ਆਪਸ 'ਚ ਹੀ ਰਲ ਮਿਲ ਜਾਂਦੇ ਆ ਤੇ ਲਾਸਟ ਟਾਈਮ ਆਪਾਂ ਉਹਨਾਂ ਨੂੰ ਬੜਾ ਪਿਆਰਾ ਜਿਹਾ ਗਣਪਤੀ ਮਹਾਰਾਜ ਜੀ ਦੀ ਮੂਰਤੀ ਦਿੱਤੀ ਸੀਗੀ। ਪਿਆਰਾ ਜਿਹਾ ਬੁੱਕੇ ਬਣਵਾਇਆ ਵਾ ਆਪਾਂ ਉਹਨਾਂ ਲਈ। ਸੋਹਣਾ ਬਣ ਗਿਆ ਕਿੱਦਾਂ ਰੰਗੀਨ ਜਿਹਾ ਬਣਾ ਛੱਡਿਆ। ਹਾਂ ਅੱਜ ਲੇਟ ਹੋਣ ਦਾ ਸਾਰਾ ਕ੍ਰੈਡਿਟ ਜਾ ਰਿਹਾ ਪਲਵਿੰਦਰ ਨੂੰ। ਨਵੀਂ ਪੱਗ ਹੀ ਫਿਰ ਵੀ ਦੂਜੀ ਹੋਰ ਹੀ ਪੱਗ ਬਣ ਗਿਆ। ਆਹੋ 1 ਘੰਟਾ ਲਾਇਆ ਮੇਰੇ ਜਿੰਨਾ ਤੇ ਮੈਂ ਫੇਰ ਵੀ ਦੇਖੋ ਕਿੰਨੀ ਟੌਰ ਕੱਢੀ ਤੇ ਬਣ ਕੇ ਫੇਰ ਵੀ ਕਸਮੈਲਾ ਜਿਹਾ ਹੀ ਆਇਆ। ਪਲਵਿੰਦਰ ਨੇ ਲੌਂਗ ਕੋਟ ਪਾਇਆ ਹੈ। ਪਲਵਿੰਦਰ ਨੇ ਲੌਂਗ ਕੋਟ ਪਾਇਆ ਤੇ ਬਾਹਰ ਖੜਾ ਬੁੱਕੇ ਬਣਾ ਰਿਹਾ ਇੱਕਦਮ ਇਦਾਂ ਪੂਰਾ ਟੌਰ ਕੱਢ ਕੇ। ਮੈਂ ਕਿਹਾ ਪਲਵਿੰਦਰ ਤੂੰ ਕੀ ਬਣ ਕੇ ਆ? ਦੋਨੋਂ ਉਹ ਭਾਬੀ ਜੀ ਮੈਂ ਚੇਂਜ ਕਰੇ ਉਹਨੇ ਕੱਪੜੇ ਕਹਿੰਦਾ ਨਹੀਂ ਵਧੀਆ ਲੱਗਦਾ ਪਿਆ। ਇਹ ਵਧੀਆ ਨਾ ਬੇਇੱਜ਼ਤੀ ਬੂਤੀ ਕਰਕੇ ਤੇ ਬਾਹਰ ਤਾਰੀਫ ਕਰ ਦੋ ਕਵਰ ਹੋ ਸਾਰਾ ਕੁਝ। ਨਹੀਂ ਨਹੀਂ ਵਧੀਆ ਲੱਗਦਾ ਪਿਆ। ਹਾਂ ਜਮਾਣੀ ਚੰਗਾ ਲੱਗਣ ਦਿਆ ਹੋਰ ਹੀ ਤਰ੍ਹਾਂ ਦਾ ਬਣ ਹੋਰ ਹੀ ਅਜੀਬ ਜਿਹਾ ਲੱਗਣ ਡਿਆ। ਹਾਂ ਪਰ ਨਹੀਂ ਚਲੋ ਵਧੀਆ ਚਲ ਕੋਈ ਨਾ ਸਹੀ ਆ ਤੇ ਨਾਲ ਜਿਆਦਾ ਬੁੱਕੇ ਮੈਕਣ ਡਿਆ ਜਿੰਨੇ ਅਸੀਂ ਪਰਫਿਊਮ ਪਾਏ ਸਾਰੇ ਫੇਲ ਕਰਤੇ ਇਹਨੇ। ਹੁਣ ਸਾਨੂੰ ਤਿੰਨਾਂ ਨੂੰ ਬਹੁਤ ਜਿਆਦਾ ਭੁੱਖ ਲੱਗੀ ਆ ਤੇ ਅਸੀਂ ਸੋਚ ਰਹੇ ਆ ਕਿ ਕੁਝ ਰਸਤੇ 'ਚ ਸਬਵੇ ਮੈਕਡੀ ਵਗੈਰਾ ਮਿਲ ਜੇ। ਅੱਧਾ ਘੰਟਾ ਲਾ ਕੇ ਇੰਟਰੋ ਦੀ ਪ੍ਰੈਕਟਿਸ ਕੀਤੀ ਬਟ ਬੜੀ ਨਹੀਂ ਗੱਲ। ਦੇਖੋ ਪਹਿਲਾਂ ਜਦੋਂ ਰੈਟੇ ਪਿਆ ਲੈਣ ਗਏ ਨਾ ਵਾਲੀ ਹਾਂ ਥੋੜੇ ਐਟੀਟਿਊਡ ਹੈ ਸਾਰੇ ਨਾਲ ਮਿਲ ਗਿਆ। ਅੱਛਾ ਬੜੀ ਸਾਈਡ ਦਾ ਮੈਂ ਦੇ ਮੈਂ ਕਰਕੇ ਨਾ ਇਹਦਾ ਬੜਿਆ ਮੈਂ ਡਰ ਗਈ। ਉਹ ਕਹਿੰਦੇ ਸ਼ੀਸ਼ਾ ਤੋੜ ਦੇਣਾ ਪਰ ਇਹ ਨੇ ਕੁਝ ਤੋੜ ਦੇਣਾ ਸਾਡਾ। ਹੁਣ ਆਪਾਂ ਇੱਥੋਂ ਕੁਝ ਖਾ ਕੇ ਹਲਕਾ ਫੁਲਕਾ ਕੇ ਨਿਕਲਦੇ ਆ। ਆਪਾਂ ਹਲਕਾ ਫੁਲਕਾ ਖਾਣੇ ਆ ਤਕੜਾ ਸਾਬੇ ਬਣਾਇਆ ਨਿਊ ਵੈਸੇ ਲਾਈਟ ਹੁੰਦਾ ਵਾ ਕਿਉਂਕਿ ਤਲਿਆ ਨਹੀਂ ਹੁੰਦਾ ਉਹ ਇਹ ਖਾ ਕੇ ਨੀਂਦ ਪਤਾ ਕਿੰਨੀ ਆਉਂਦੀ। ਹੁਣ ਆਪਾਂ ਸਿੱਧਾ ਨਿਕਲਣਾ ਹੁਣ ਨਹੀਂ ਕਿਤੇ ਵੀ ਸਟਾਪ ਲੈਣਾ ਕਿ ਆਲਰੇਡੀ ਬਹੁਤ ਲੇਟ ਹੋ ਗਏ ਆ 7:30 7:45 ਆਲਮੋਸਟ ਹੋ ਗਏ ਆ ਤੇ ਆਪਾਂ ਨੂੰ ਇੱਥੋਂ ਅਜੇ 1.5 ਘੰਟਾ ਹੋਰ ਲੱਗਣਾ। ਆਪਾਂ ਇੱਕ ਸ਼ਾਰਟਕਟ ਲਿਆ ਵਾ ਰਸਤਾ ਤੋਂ ਤੇਰੀ ਲਿਆ ਤੇ ਸ਼ਾਰਟਕਟ ਆ ਅੰਦਰ ਦੋ ਜਣੇ ਸਮੋਸੇ ਖਾ ਰਹੇ ਨੇ ਕਾਫੀ ਨਿਗਾਹ ਸਮੋਸੇ ਮਿਲਦੇ ਇੱਥੇ ਤੱਕ ਦੀ ਨਿਗਾਹ ਥੋੜੀ ਆ ਮੈਂ ਜਿੱਥੇ ਜਾਣਾ ਉੱਥੇ ਦੀ ਗੱਲ ਕਰਦੇ ਆ ਛੋਟੀ ਨਿਗਾਹ ਲੋਕਾਂ ਦੀ ਛੋਟੇ ਲੋਕ ਛੋਟੀ ਨਿਗਾਹ ਕੁਛ ਨਹੀਂ ਦੇਖਦਾ ਪਿਆ ਭਰਾ ਮੇਰੇ ਜਦੋਂ ਜ਼ਿਆਦਾ ਧੁੰਦ ਪੈ ਜਾਏ ਨਾ ਫਿਰ ਕੋਈ ਇਦਾਂ ਦੀ ਗੱਡੀ ਲੱਭ ਲਓ ਇਹਦੇ ਵਰਗੀ ਉਹਦੇ ਪਿੱਛੇ ਪਿੱਛੇ ਜਾਈ ਜਾਓ ਬਸ। ਬੜਾ ਵੱਡਾ ਜਿਹਾ ਬੁੱਲਾ ਯਾਰ ਤੇਰੀ ਤਾਂ ਮਾੜੇ ਮਾੜੇ ਬੁੱਲੇ ਜਿਹੇ ਹੁੰਦੇ ਆ ਇਹ ਬੁੱਲਾ ਕਾਫੀ ਖੁੱਲਾ। ਓ ਸ਼ਿਟ ਅਗਲੀ ਗੱਡੀ ਚੱਲ ਗਈ ਏ ਹੁਣ ਆਪਾਂ ਅੱਗੇ ਲੱਗੇ ਹੋਏ ਆ ਪਿੱਛੇ ਵੀ ਨਹੀਂ ਲੱਭਣ ਡਿਆ। 100-200 ਜ਼ਿਆਦਾ ਲੈ ਲੈ ਔਰ ਮੈਨੂੰ ਸੈਲੀਬ੍ਰੇਸ਼ਨ ਵਿੱਚ ਲੈਂਡ ਕਰਾ ਦੇ ਕੋਰਾ ਹੀ ਕੋਰਾ ਮੇਰੇ ਭਾਈ ਤਾਰੋ ਮੈਨੂੰ ਤਾਰੋ ਤਾਰੋ ਮੈਨੂੰ ਤਾਰੋ ਕਹਿੰਦਾ ਉਹ ਸਿੱਧਾ ਜਾ ਕੇ ਜਾ ਰਹੇ ਆ ਦੇਖੋ ਪਲਿੰਦਰ ਨੂੰ ਬਾਹਰ ਕੱਢਿਆ ਨਹੀਂ ਦੇਣੀ ਨਹੀਂ ਦੇਣੀ ਤੇਰੀ ਕੁਲਫੀ ਜੰਮ ਜੇ ਬਾਹਰ ਨਹੀਂ ਜੰਮਦੀ ਕੱਚੇ ਦਾ ਧਿਆਨ ਰੱਖੀ ਤੁਸੀਂ ਉਧਰ ਨੂੰ ਕਿਉਂ ਖੜਨ ਦੇ ਜੇ ਉਹ ਵੇ ਸਾਹਮਣੇ ਕੋਈ ਆਉਂਦੇ ਆ ਥੋੜਾ ਦੇਖ ਗਿਆ ਮੈਨੂੰ ਰੋਡ ਪਲਵਿੰਦਰ ਉੱਥੇ ਜਾ ਕੇ ਤੈਨੂੰ ਕਾਫੀ ਪਿਲਾਵਾਂਗੇ ਪਹਿਲਾਂ ਜਾਣ ਹੀ ਦਿਆ ਮੈਂ ਰੋਕ ਕੇ ਥੋੜੀ ਬੈਠਾ ਆਏ ਜਿਗਰਾ ਪਲਵਿੰਦਰ ਦਾ ਗੱਡਾ ਬਾਹਰ ਨਿਕਲਿਆ ਮੇਰੀ ਮੂਡ ਹੀ ਠਰ ਗਿਆ ਇਧਰੋਂ ਪੂਰਾ ਕਿੰਨਾ ਸਟਰਗਲ ਜਿਹੜਾ ਪਾਇਆ ਖੱਦਰ ਦਾ ਉਹ ਕਿਉਂ ਨਹੀਂ ਪਾ ਕੇ ਬਾਹਰ ਨਿਕਲਦਾ ਤੇ ਪਾਣੀ ਜਾ 4 ਕਰੋੜੀ ਧਿਆਨ ਧਿਆਨ ਨਾ ਦੇਖਣ ਨੂੰ ਕੁਛ ਨਹੀਂ ਡਿਆ।
थैंक यू।